आप नारायण कलाधार जग में परवर्यो, निरंकार आकार ज्योत जग मंडल करयो, सतगुर नानक प्रगटया, मिटी धुंद जग चानण हुआ, ज्यों कर सूरज निकलिया, तारे छपे अंधेर पलोआ, मैं मूरख की केतक बात है, कोट पुरादी तरियारे, गुर नानक जिन सुनया पेखिया, से फिर गरबा सुना परियारे, गुरु नानक जिन सुनया पेखिया, से फिर गरबा सुना परियारे, चवर शतर तख दे मालक साहेब श्री गुरु ग्रंथ साहिब जी की पवित्र गोद विच विराजमान गुरु स्वरूप गुरु प्यारी खालसा साध संगत दी फतेह प्रवान करो। वाहगुरु जी का खालसा, वाहगुरु जी की फतेह। तन तन श्री गुरु नानक देव महाराज जी की कीर्ति नूं गाउण दे लई, हर जस करन दे लई, गुरु पातशाह दा प्रकाश दिहाड़ा मनाउण दे लई आप सरबत संगतां गुरद्वारा श्री रकाबगंज साहिब विखे इन्हां महान गुरमत समागमां विच शिरकत कर रहे हो। दीन दुनिया दे मालक धन धन गुरु नानक देव महाराज जी का जो दुनिया ते आगाज है 1526 बिक्रमी संमत कत्तक सुधी अष्टमी नू राय भोए दी तलवंडी विखे उस पाक ते पवित्र जमीन ते भागां वाले पिता बाबा मेहता कालू चंद जी अते माता तृप्ता जी दे ग्रह विखे हुंदा है। उस समय जिहड़े हालात ने दुनिया ते बड़े अवतार आए, गुरु अवतार दे आउण दी लोड़ क्यों पई है, किहड़े हालात सन, की कारण बने ने। बाणी दा एक फुरमान है जपजी साहिब विच रोज पढ़दे हो, दुनिया ते पाप बड़े ने पर यह मत पापा कै संग, पापा दे नाल साडी मत भरी हुई है ते जदों मत पापा नाल भर जावे, पाप वध जाण। गुरु गोबिंद सिंह दा फुरमान है, महाराज कहिंदे जब जब होत अरिष्ट अपारा, तब तब देहे तरत अवतारा। जिमें जिमें पाप वादा है, धर्म दे रस्ते विच कंडे विछाउण वाले पापी वादे ने, उदों अवतार आउंदे ने। जिमें माहौल चल विगड़ जावे ते उत्थे अफसर आउंदे ने ना सुधार करन दे लई, इउं धरती ते पाप वादा है ते अवतार आउंदे ने।
ਗੀਤਾ ਵਿੱਚ ਕ੍ਰਿਸ਼ਨ ਜੀ ਦੇ ਵੀ ਬੋਲ ਨੇ, ਯਦਾ ਯਦਾ ਹੀ ਧਰਮਸਯ ਗਲਾਨੀਰ ਭਵਨੀ ਭਰਤ। ਜਦੋਂ ਜਦੋਂ ਪਾਪ ਵੱਧਦਾ ਹੈ ਉਦੋਂ ਉਦੋਂ ਅਵਤਾਰੀ ਪੁਰਸ਼ਾਂ ਨੂੰ ਆਉਣਾ ਪੈਂਦਾ ਹੈ, ਤੇ ਪਾਪ ਵਾਲੀ ਮੱਤ ਗੁਰੂ ਨਾਨਕ ਸਾਹਿਬ ਦਾ ਫਲਸਫਾ ਸੀ, ਨਾਮ ਨਾਲ ਧੁਪੇਗੀ। ਤੇ ਨਾਮ ਕੌਣ ਲੈ ਕੇ ਆਇਆ? ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਪਰ ਯੈ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੇ ਰੰਗ। ਗੁਰੂ ਨਾਨਕ ਸਾਹਿਬ ਪਾਪ ਨੂੰ ਠੱਲਣ ਲਈ ਦੁਨੀਆਂ ਤੇ ਆਏ, ਅਰਿਸ਼ਟਾਂ ਦਾ ਖਾਤਮਾ ਕਰਨ, ਸਤਪੁਰਸ਼ਾਂ ਦੀ ਸਤਾਪਤਾ ਕਰਨ ਦੇ ਲਈ ਦੁਨੀਆਂ ਤੇ ਆਏ। ਭਾਈ ਗੁਰਦਾਸ ਜੀ ਨੇ ਬੜਾ ਵਧੀਆ ਚਿੱਤਰਨ ਪੇਸ਼ ਕੀਤਾ ਹੈ ਭਾਰਤ ਵਰਸ਼ ਦੀ ਧਰਤੀ ਦਾ, ਵੀ ਹਾਲਾਤ ਕੈਸੇ ਸਨ। ਚਾਰ ਵਰਨ ਚਾਰ ਮਜ਼ਹਬਾਂ ਜੱਗ ਵਿੱਚ ਹਿੰਦੂ ਮੁਸਲਮਾਨੇ, ਚਾਰ ਵਰਨ ਨੇ ਬ੍ਰਾਹਮਣ ਛੱਤਰੀ ਸੂਦ ਵੈਸ਼। ਇੱਥੇ ਧਰਮ ਬੜੇ ਨੇ, ਇੱਥੇ ਵਰਣ ਨੇ, ਔਰ ਪ੍ਰਚਲਿਤ ਧਰਮ ਭਾਰਤ ਵਰਸ਼ ਦੀ ਧਰਤੀ ਤੇ ਮੁਸਲਮਾਨ ਤੇ ਹਿੰਦੂ ਸੀ। ਹੁਣ ਧਰਮ ਜਿਹੜਾ ਹੈ ਧਰਮ ਤੇ ਸ਼ਾਂਤੀ ਕਾਇਮ ਕਰਦਾ ਹੈ, ਤੇ ਜੇ ਕੋਈ ਧਰਮ ਦੇ ਨਾਮ ਤੇ ਲੜਦਾ ਹੈ ਤੇ ਇਹਦਾ ਮਤਲਬ ਹੈ ਵੀ ਇਹ ਜਿਹੜੇ ਲੋਕ ਨੇ ਕਿਸੇ ਵੀ ਧਰਮ ਦੀ ਸਿੱਖਿਆ ਕਿਸੇ ਵੀ ਧਰਮ ਦੀ ਮਰਿਆਦਾ ਕਤਲੋ ਗੈਰਤ ਕਰਨ ਦੀ ਹਦਾਇਤ ਨਹੀਂ ਕਰਦੀ। ਜੇ ਝਗੜ ਰਹੇ ਨੇ, ਕਮੀ ਇਹਨਾਂ ਲੋਕਾਂ ਵਿੱਚ ਹੈ, ਧਰਮ ਕਿਸੇ ਵਿੱਚ ਵੀ ਕਮੀ ਨਹੀਂ ਹੈ, ਸਾਰੇ ਹੀ ਰੱਬ ਦੇ ਬਣਾਏ ਨੇ। ਭਾਈ ਗੁਰਦਾਸ ਕਹਿੰਦੇ ਚਾਰ ਵਰਣ ਨੇ, ਇਉਂ ਦੁਨੀਆਂ ਤੇ ਮਜ਼ਮ ਨੇ, ਪਰ ਲੋਕਾਂ ਦਾ ਸੁਭਾਅ ਦੁਨੀਆਂ ਤੇ ਐਸਾ ਸੀ ਖੁਦੀ ਬਖੀਲੀ ਤਕਬਰੀ, ਖੁਦੀ ਬਖੀਲੀ ਤਕਬਰੀ, ਖਿੱਚੋ ਤਾਣ ਕਰੇਨ ਧਿਆਣੇ। ਹੁਣ ਖਿੱਚੋ ਧੂਈ ਪੈ ਗਈ, ਹਿੰਦੂ ਕਹਿੰਦੇ ਅਸੀਂ ਮਹਾਨ ਹਾਂ, ਇਸਲਾਮ ਜਗਤ ਕਹਿੰਦਾ ਸਾਡੀ ਬਹੁਤੀ ਮਹਿਮਾ ਹੈ, ਚੌਵਾਂ ਵਰਨਾਂ ਦੇ ਰੌਲੇ ਪੈ ਗਏ, ਬ੍ਰਾਹਮਣ ਕਹਿੰਦਾ ਅਸੀਂ ਮਹਾਨ ਹਾਂ, ਛਤਰੀਆਂ ਨੇ ਆਪੋ ਧਾਪੀ ਆਪਣਾ ਨਾਮ ਲੈਣਾ ਸ਼ੁਰੂ ਕਰ ਦਿੱਤਾ, ਸ਼ੂਦਰ ਵੈਸ਼ ਆਪਣੀ ਕੀਰਤੀ ਲਈ ਉਤਾਵਲੇ ਸਨ। ਭਾਈ ਗੁਰਦਾਸ ਕਹਿੰਦੇ ਰੱਬ ਦੀ ਕੀਰਤੀ ਕਰਨੀ ਕਰਾਉਣੀ ਵਿਸਾਰ ਦਿੱਤੀ, ਕੇਵਲ ਆਪਣਾ ਆਪ ਲੈ ਕੇ ਬਹਿ ਗਏ ਲੋਕ। ਯਾਦ ਰੱਖਿਓ ਜਿਸ ਹਿਰਦੇ 'ਚੋਂ ਰੱਬ ਚਲਾ ਜਾਂਦਾ ਹੈ, ਬਾਣੀ ਦਾ ਇੱਕ ਫੁਰਮਾਨ ਹੈ ਰਾਮ ਗਇਓ ਰਾਵਣ ਗਇਓ, ਇੱਥੇ ਦੋ ਅਰਥ ਚੱਲਦੇ ਨੇ, ਇੱਕ ਤਾਂ ਉਹ ਰਾਮ ਚੰਦਰ ਦੀ ਗੱਲ ਹੈ, ਕਹਿੰਦੇ ਨਾ ਰਾਮ ਹੀ ਰਿਹਾ ਤੇ ਨਾ ਰਾਵਣ ਹੀ ਰਿਹਾ, ਨਾ ਅਵਤਾਰ ਹੀ ਰਵੇਗਾ ਨਾ ਸਾਕਤ ਹੀ ਰਵੇਗਾ। ਕਾਲ ਸਾਰਿਆਂ ਨੂੰ ਬਲਵਾਨ ਹੈ, ਭਾਵੇਂ ਅਵਤਾਰ ਹੈ ਕੋਈ ਤੇ ਭਾਵੇਂ ਕੋਈ ਸਾਕਤ ਹੈ, ਨਾ ਰਾਮ ਨੂੰ ਕਾਲ ਨੇ ਛੱਡਿਆ, ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ, ਵੱਡੇ ਪਰਿਵਾਰ ਵਾਲਾ ਰਾਵਣ ਵੀ ਨਹੀਂ ਰਿਹਾ। ਰਾਮ ਜੀ ਦਾ ਤੇ ਪਰਿਵਾਰ ਛੋਟਾ ਸੀ ਨਾ ਉਹ ਹੀ ਰਹੇ। ਦੂਸਰਾ ਅਰਥ ਇਉਂ ਲਿਆ ਜਾਂਦਾ ਹੈ ਰਾਮ ਗਇਓ, ਜਿਨ੍ਹਾਂ ਦੇ ਹਿਰਦੇ 'ਚੋਂ ਰਾਮ ਚਲਾ ਜਾਂਦਾ ਹੈ। ਇੱਥੇ ਰਾਮ ਪਰਮਾਤਮਾ ਲਈ ਲੈਣਾ ਸੀ, ਰਾਮ ਚੰਦਰ ਲਈ ਨਹੀਂ। ਰਾਮ ਗਇਓ ਰਾਵਣ ਗਇਓ, ਰਾਵਣ ਦੀ ਜੈ ਜੈਕਾਰ ਸੀ, ਪਰ ਜਦੋਂ ਉਹਦੇ ਹਿਰਦੇ 'ਚੋਂ ਰਾਮ ਦੀ ਗੱਲ ਜਾਂਦੀ ਰਹੀ, ਰਾਵਣ ਦਾ ਨਾਮ ਹੀ ਦੁਨੀਆਂ ਤੋਂ ਗਿਆ, ਅੱਜ ਤੱਕ ਲਾਹਨਤਾਂ ਪੈਂਦੀਆਂ ਨੇ ਉਸਨੂੰ। ਜਦੋਂ ਪ੍ਰਭੂ ਦਾ ਨਾਮ ਨਾ ਰਹਿ ਜਾਵੇ, ਧਰਮ ਨਾ ਰਹਿ ਜਾਵੇ ਤੇ ਪਾਪ ਵੱਧਦਾ ਹੈ, ਕਤਲੋ ਗੈਰਤ ਮੱਚਦੀ ਹੈ, ਲੋਕ ਇੱਕ ਦੂਜੇ ਦੇ ਵੈਰੀ ਹੋ ਜਾਂਦੇ ਨੇ। ਤੇ ਭਾਈ ਗੁਰਦਾਸ ਕਹਿੰਦੇ ਵਰਣ ਵੰਡ ਆਪਸ ਵਿੱਚ ਭਿੜ ਗਈ, ਇਹ ਦੋਵੇਂ ਧਰਮ ਆਪਸ ਵਿੱਚ ਭਿੜ ਗਏ, ਰਾਮ ਰਹੀਮ ਕਹਾਏ ਦੇ ਇੱਕ ਨਾਮ ਦੋਹੇ ਰਾਹ ਭੁਲਾਣੇ। ਇੱਕ ਰਾਮ ਕਹਿੰਦਾ ਸੀ, ਇੱਕ ਰਹੀਮ ਕਹਿੰਦਾ ਸੀ ਰਹਿਮ ਕਰਨ ਵਾਲਾ, ਇੱਕ ਰਾਮ ਕਹਿੰਦਾ ਸੀ ਰਮਿਆ ਹੋਇਆ। ਦੇਖੋ ਪਰਮਾਤਮਾ ਇੱਕ ਹੀ ਹੈ, ਨਾਂ ਵੱਖਰੋ ਵੱਖਰੇ ਸਨ, ਰਸਤੇ ਇਹਨਾਂ ਵੱਖੋ ਵੱਖਰੇ ਚਲਾ ਰਹੇ ਔਰ ਸਾਬਤ ਕਰਨ ਲੱਗ ਪਏ, ਇੱਕ ਕਹਿੰਦਾ ਸਾਡਾ ਰਸਤਾ ਠੀਕ ਹੈ, ਦੂਜਾ ਕਹਿੰਦਾ ਜੀ ਸਾਡਾ ਰਸਤਾ ਠੀਕ ਹੈ, ਤੇ ਕਹਿੰਦੇ ਜਦੋਂ ਖਿੱਚੋ ਤਣ ਵੱਧ ਜਾਵੇ ਪਾਪ ਵੱਧ ਜਾਵੇ, ਸਿਰੋਂ ਨਾ ਮਿਟੇ ਆਵਣ ਜਾਣੇ, ਆਵਾਗਮਨ ਨਹੀਂ ਮੁੱਕਦਾ,
ਚੁਰਾਸੀ ਦਾ ਗੇੜ ਨਹੀਂ ਮੁੱਕਦਾ, ਦੁੱਖਾਂ ਦੇ ਇਹ ਜਿਹੜੇ ਸੰਗਲ ਨੇ, ਇਹ ਜਿਹੜੇ ਤਨ ਅਤੇ ਮਨ ਦੇ ਰੋਗ ਨੇ, ਇਹ ਮਿਟਦੇ ਨਹੀਂ ਜਦੋਂ ਰੱਬ ਦੀ ਗੱਲ ਚੱਲੇਗੀ। ਬਾਣੀ ਦਾ ਫੁਰਮਾਨ ਹੈ, ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ। ਰੱਬ ਦੇ ਬੋਲ, ਰੱਬ ਦੀ ਬਾਣੀ, ਰੱਬ ਦੀ ਅਜ਼ਮਤ ਐਸੀ ਹੈ, ਤਨ ਦੇ ਦੁੱਖ ਅਤੇ ਮਨ ਦੇ ਸੋਗ ਦੂਰ ਕਰ ਦਿੰਦੀ ਹੈ। ਤੇ ਜਦੋਂ ਨਾਮ ਨਾ ਰਿਹਾ, ਭਜਨ ਨਾ ਰਿਹਾ, ਧਰਮ ਦੀ ਗੱਲ ਨਾ ਰਹੀ, ਤੇ ਭਾਈ ਗੁਰਦਾਸ ਕਹਿੰਦੇ ਨੇ ਹਾਲਾਤ ਐਸੇ ਬਣ ਗਏ, ਥੰਮੈ ਕੋਈ ਨਾ ਸਾਧ ਬਿਨ, ਸਾਧ ਨਾ ਦਿਸੈ ਜੱਗ ਵਿੱਚ ਕੋਵਾ। ਹੁਣ ਕੋਈ ਮਨ ਨੂੰ ਸਾਧਨ ਵਾਲਾ ਆਵੇ, ਹੁਣ ਕੋਈ ਸਤਪੁਰਸ਼ ਆਵੇ, ਕੋਈ ਅਵਤਾਰ ਆਵੇ ਤੇ ਧਰਤੀ ਨੂੰ ਥੰਮੇ, ਧਰਤੀ ਪਾਪ ਦੇ ਵਿੱਚ ਡੋਲ ਰਹੀ ਹੈ। ਬਾਣੀ ਦਾ ਫੁਰਮਾਨ ਹੈ, ਭਾਈ ਗੁਰਦਾਸ ਨੇ ਇੱਕ ਵਾਰ ਦੀ ਪੌੜੀ ਵਿੱਚ ਕਿਹਾ ਹੈ, ਪਾਪੇ ਦਾ ਵਰਤਿਆ ਵਰਤਾਰਾ, ਪਾਪ ਹੀ ਪਾਪ ਸੀ ਦੁਨੀਆ ਤੇ, ਰਿਸ਼ਟ ਵਧੇ ਹੋਏ ਸਨ, ਹਾਲਾਤ ਇੰਨੇ ਵਿਗੜ ਗਏ ਵੀ ਨਿੱਕੇ ਮੋਟੇ ਅਵਸਰ ਨਾਲ ਗੱਲ ਨਹੀਂ ਚੱਲੇਗੀ। ਹੁਣ ਮਾਲਕ ਨੂੰ ਆਪ ਆਉਣਾ ਪੈਣਾ ਸੀ, ਧਰਤੀ ਨੇ ਪੁਕਾਰ ਕੀਤੀ, ਪਰਮਾਤਮਾ ਦੇ ਅੱਗੇ ਧਰਤੀ ਨੇ ਪੁਕਾਰ ਕੀਤੀ। ਧਰਤੀ ਦੀ ਪੁਕਾਰ ਸੁਣ ਕੇ ਪਰਮਾਤਮਾ ਫਿਰ ਦੁਨੀਆ ਤੇ ਆਪ ਆਇਆ ਹੈ। ਸੁਣੀ ਪੁਕਾਰ ਦਾ ਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਜਦੋਂ ਪਾਪ ਵੱਧ ਗਏ ਦੁਨੀਆ ਤੇ, ਕਬੀਰ ਜੀ ਦਾ ਇੱਕ ਬੜਾ ਸੁੰਦਰ ਫੁਰਮਾਨ ਹੈ, ਕਹਿੰਦੇ ਮੱਖੀ ਦਾ ਸੁਭਾਅ ਹੈ, ਫੁੱਲਾਂ ਤੇ ਬਹਿਣ ਦੀ ਬਜਾਏ ਗੰਦਗੀ ਤੇ ਬਹਿੰਦੀ ਹੈ। ਇਦਾਂ ਦੇ ਹਾਲਾਤ ਵਿਗੜ ਗਏ ਸਨ, ਧਾਰਮਿਕ ਆਗੂ ਬੜੇ ਸਨ ਭਾਰਤ ਵਿੱਚ, ਮੰਦਰ ਮਸਜਿਦਾਂ ਬੜੇ ਸਨ, ਬੜਾ ਪ੍ਰਚਾਰ ਹੁੰਦਾ ਸੀ ਵੀ ਇੱਥੇ ਬੈਠੋ ਧਰਮ ਦੀ ਗੱਲ ਚੱਲੇਗੀ। ਕਹਿੰਦੇ ਪਰ ਮੱਖੀ ਦਾ ਸੁਭਾਅ ਹੈ, ਮੱਖੀ ਵਿਕਾਰਾਂ ਵਾਲੀ ਜਾਂਦੀ ਹੈ, ਕਿਸੇ ਦੀ ਬੋਲ ਬਾਣੀ ਦਾ ਇਹਨਾਂ ਲੋਕਾਂ ਤੇ ਅਸਰ ਨਹੀਂ ਸੀ। ਕਬੀਰ, ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸਹਾਏ। ਇਹ ਜਿਹੜੀ ਪ੍ਰਭੂ ਦੀ ਪੂਜਾ ਹੈ, ਹਰ ਪੂਜਾ ਨਾ ਸੁਹਾਏ। ਕਬੀਰ, ਪਾਪੀ ਭਗਤ ਨਾ ਭਾਵਈ, ਹਰੀ ਦੀ ਪੂਜਾ, ਖੁਦਾ ਦੀ ਇਬਾਦਤ, ਪਰਮਾਤਮਾ ਦਾ ਨਾਮ ਪਾਪੀ ਨੂੰ ਚੰਗਾ ਨਹੀਂ ਲੱਗਦਾ। ਮਾਖੀ ਚੰਦਨ ਪਰ ਹਰੈ, ਮਾਖੀ ਚੰਦਨ ਪਰ ਹਰੈ, ਇੱਕ ਬੰਨੇ ਚੰਦਨ ਦਾ ਢੇਰ ਲਾ ਦਵੋ ਤੇ ਦੂਜੇ ਬੰਨੇ ਗੰਦਗੀ ਦਾ ਢੇਰ ਲਾ ਦਵੋ। ਯਤਨ ਕਰੋ ਉਡਾਓ ਮੱਖੀ ਨੂੰ ਗੰਦਗੀ ਦੇ ਢੇਰ ਤੋਂ, ਵੀ ਉੱਡ ਕੇ ਬਹਿ ਜਾ ਤੂੰ ਇਸ ਚੰਦਨ ਦੇ ਢੇਰ ਤੇ, ਲੱਖ ਯਤਨ ਕਰ ਲਿਓ ਨਹੀਂ ਜਾਵੇਗੀ। ਮੱਖੀ ਨੇ ਜਦੋਂ ਬਹਿਣਾ ਹੈ ਗੰਦਗੀ ਦੇ ਢੇਰ ਤੇ ਹੀ ਬਹਿਣਾ ਹੈ, ਤੇ ਕਬੀਰ ਜੀ ਕਹਿੰਦੇ ਮਾਖੀ ਚੰਦਨ ਪਰ ਹਰੈ, ਜਹੈ ਬੇਗੰਧ ਤਹੈ ਜਾਏ। ਸਮਝਾਉਂਦੇ ਬੜੇ ਸੀ ਆਗੂ ਵੀ ਪਾਪ ਛੱਡ ਦੋ, ਪਰ ਅਸਰ ਕੋਈ ਨਹੀਂ ਸੀ, ਪਾਪੀ ਬੰਦਾ ਗੰਦਗੀ ਤੇ ਹੀ ਬਹਿੰਦਾ ਹੈ। ਦੁਨੀਆ ਤੇ ਪਾਪ ਫੈਲ ਗਿਆ। ਹੁਣ ਤਰੀਕਾ ਇੱਕ ਹੈ ਧੁੰਦ ਨੂੰ ਉਡਾਉਣ ਦਾ, ਸੂਰਜ ਚੜ੍ਹਨਾ ਚਾਹੀਦਾ ਹੈ। ਪਾਪ ਦਾ ਖਾਤਮਾ ਕਰਨ ਦੇ ਲਈ ਕਿਸੇ ਪੁੰਨੀ ਦਾ ਆਉਣਾ ਹੋਵੇ, ਫਿਰ ਗੱਲ ਬਣੇਗੀ। ਅੰਧਕਾਰ ਵਾਲੀ ਰਾਤ ਨੂੰ ਦੂਰ ਕਰਨਾ ਹੈ ਤੇ ਸੂਰਜ ਜ਼ਰੂਰੀ ਹੈ। ਭਾਈ ਗੁਰਦਾਸ ਕਹਿੰਦੇ ਫਿਰ ਅਗਿਆਨ ਦੇ ਹਨੇਰੇ ਨੂੰ ਉਡਾਉਣ ਲਈ ਚੜ ਸੂਰ ਮਿਟ ਜਾਏ, ਅੰਧਿਆਰਾ ਸੂਰਜ ਚੜ੍ਹੇ ਤੇ ਅੰਧਕਾਰ ਮਿਟ ਜਾਵੇ। ਹੁਣ ਤੇ ਕੇਵਲ ਇਹੀ ਇੱਕ ਆਸਰਾ ਸੀ। ਫਿਰ ਕੀ ਹੋਇਆ, ਗੁਰ ਪਰਮੇਸ਼ਰ ਇੱਕ ਹੈ ਸੱਚਾ ਸਾਹਾ, ਜਗਤ ਵਣਜਾਰਾ, ਚੜ ਸੂਰ ਮਿਟ ਜਾਏ ਅੰਧਿਆਰਾ। ਧਰਤੀ ਦੀ ਪੁਕਾਰ ਤੇ ਪਰਮਾਤਮਾ ਨੇ ਗੁਰੂ ਨਾਨਕ ਦਾ ਰੂਪ ਧਾਰ ਕੇ ਭਾਰਤ ਵਰਸ਼ ਦੀ ਧਰਤੀ ਤੇ ਰਾਏ ਭੋਏ ਦੀ ਤਲਵੰਡੀ ਵਿਸ਼ੇ ਪ੍ਰਕਾਸ਼ ਧਾਰਿਆ ਹੈ। ਤੇ ਫਿਰ ਤੁਸੀਂ ਇੱਕ ਵਾਰ ਰੋਜ਼ ਹੀ ਪੜ੍ਹਦੇ ਹੋ, ਉਹ ਵਾਰ ਦੇ ਬੋਲ ਨੇ ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਬਲਿਓ ਚਿਰਾਗ ਅੰਧਿਆਰ ਮਹਿ। ਇੱਕ ਕਮਰੇ ਵਿੱਚ ਬੜਾ ਅੰਧਕਾਰ ਹੈ, ਉਹਨੂੰ ਦੂਰ ਕਰਨ ਦਾ ਜ਼ਰੀਆ ਹੈ ਵੀ ਦੀਵਾ ਬਾਲਣਾ ਪਵੇਗਾ। ਬਲਿਓ ਚਿਰਾਗ ਅੰਧਿਆਰ ਮਹਿ। ਗੁਰੂ ਅਰਜਨ ਸਾਹਿਬ ਸਵਈਆਂ ਵਿੱਚ ਕਹਿੰਦੇ ਨੇ ਵੀ ਭਾਰਤ ਵਰਸ਼ ਇਹ ਦੁਨੀਆ ਜਿਹੜੀ ਸੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਹਨੇਰੇ ਵਿੱਚ ਗ੍ਰਸੀ ਹੋਈ ਸੀ।
ਅੱਜ ਗੁਰੂ ਨਾਨਕ ਸਾਹਿਬ ਦਾ ਆਗਾਜ਼ ਹੋਇਆ ਤੇ ਗੁਰੂ ਨਾਨਕ ਸਾਹਿਬ ਦੇ ਪ੍ਰਗਟ ਹੁੰਦਿਆਂ ਬਲਿਓ ਚਿਰਾਗ ਅੰਧਿਆਰ ਮਹਿ ਸਭ ਕੁਲ ਉਦਰੀ ਇੱਕ ਨਾਮ ਧਰਮ। ਦੀਨ ਦੁਨੀਆ ਦੇ ਮਾਲਕ ਗੁਰੂ ਅਰਜਨ ਸਾਹਿਬ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਧਾਰਦਿਆਂ ਹੀ ਅਗਿਆਨ ਦਾ ਹਨੇਰਾ ਉੱਡਣ ਲੱਗ ਪਿਆ। ਭਾਈ ਗੁਰਦਾਸ ਕਹਿੰਦੇ ਨੇ ਸੂਰਜ ਦੇ ਚੜ੍ਹਦਿਆਂ ਹੀ ਮਿੱਟੀ ਧੁੰਦ ਜੱਗ ਚਾਨਣ ਹੋਆ, ਵਿਕਾਰ ਦੌੜਨ ਲੱਗ ਪਏ, ਸਾਕਤ ਦੌੜਨ ਲੱਗ ਪਏ, ਸੰਤਾਂ ਦੀ ਗੱਲ ਚੱਲਣ ਲੱਗ ਪਈ। ਗੁਰੂ ਨਾਨਕ ਪਾਤਸ਼ਾਹ ਦਾ ਐਸਾ ਆਗਾਜ਼ ਆਇਆ, ਦੁਨੀਆਂ ਦੇ ਉੱਤੇ ਗਿਆਨ ਦਾ ਚਾਨਣ ਹੋ ਗਿਆ। ਬੜੇ ਬੜੇ ਕਾਜੀ ਮੁੱਲਾ, ਬੜੇ ਬੜੇ ਸੈਯਦ ਗੁਰੂ ਨਾਨਕ ਪਾਤਸ਼ਾਹ ਦੀ ਕਦਮ ਬੋਸੀ ਕਰਨ ਲੱਗ ਪਏ, ਕਦਮ ਚੁੰਮਣ ਲੱਗ ਪਏ। ਵੇਦਾਂ ਕਿਤੇਬਾਂ ਦੇ ਝਗੜਿਆਂ ਵਿੱਚ, ਝਮੇਲਿਆਂ ਵਿੱਚ ਪਏ ਹੋਏ ਲੋਕ ਸਨ। ਪਾਪ ਵੱਧ ਗਿਆ, ਧਰਤੀ ਨੇ ਪੁਕਾਰ ਕੀਤੀ, ਗੁਰੂ ਨਾਨਕ ਸਾਹਿਬ ਦਾ ਆਗਾਜ਼ ਹੋਇਆ। ਗੁਰੂ ਨਾਨਕ ਪਾਤਸ਼ਾਹ ਨੇ ਅਵਤਾਰ ਧਾਰਿਆ। ਇਤਿਹਾਸਕਾਰਾਂ ਨੇ ਉਸ ਗੁਰੂ ਨਾਨਕ ਨਿਰੰਕਾਰੀ ਦੀ ਬਾਬਤ ਬੜੀਆਂ ਸਾਖੀਆਂ ਲਿਖੀਆਂ ਨੇ। ਧਿਆਨ ਦਿਓ, ਐਸਾ ਸੂਰਜ ਸੀ ਜਿਹਨੇ ਦੁੱਖਾਂ ਦਾ ਅੰਧਕਾਰ ਦੂਰ ਕੀਤਾ। ਦੁੱਖ ਸਰੀਰ ਨੂੰ ਹੁੰਦੇ ਨੇ, ਚਿੰਤਾਵਾਂ, ਡਿਪਰੈਸ਼ਨ, ਸੋਗ ਇਹ ਮਨ ਨੂੰ ਹੁੰਦੇ ਨੇ। ਗੁਰੂ ਨਾਨਕ ਸਾਹਿਬ ਦੀ ਬਾਣੀ ਮਨ ਅਤੇ ਤਨ ਦੋਹਾਂ ਨੂੰ ਹੀ ਹਰਿਆ ਭਰਿਆ ਕਰਦੀ ਹੈ, ਦੋਹਾਂ ਨੂੰ ਹਰਿਆ ਭਰਿਆ ਕਰ ਦਿੰਦੀ ਹੈ। ਗੁਰੂ ਨਾਨਕ ਸਾਹਿਬ ਦੇ ਆਗਾਜ਼ ਨਾਲ ਧਰਤੀ ਇੱਦਾਂ ਪ੍ਰਫੁੱਲਤ ਹੋ ਗਈ ਜਿਵੇਂ ਵਰਖਾ ਪੈਣ ਦੇ ਉੱਤੇ ਪ੍ਰਫੁੱਲਤ ਹੁੰਦੀ ਹੈ ਬਨਸਪਤੀ। ਖੈਰ, ਦੀਨ ਦੁਨੀਆ ਦੇ ਮਾਲਕ ਆਏ, ਗੁਰੂ ਗ੍ਰੰਥ ਸਾਹਿਬ ਨੇ ਉਹਨਾਂ ਦਾ ਆਗਮਨ ਇਉਂ ਲਿਖਿਆ ਹੈ, ਕਹਿੰਦੇ ਕੋਈ ਹੋਰ ਨਹੀਂ ਸੀ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਹੀ ਵਾਜ਼ ਦਾ ਸੁਪਰੀਮ ਲਾਰਡ, ਉਹੀ ਪਰਮਾਤਮਾ ਸੀ ਜਿਹੜਾ ਗੁਰੂ ਨਾਨਕ ਬਣ ਕੇ ਦੁਨੀਆਂ ਤੇ ਆਇਆ। ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਓ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਸਾਰਿਆਂ ਦਾ ਜੋਤ ਸਰੂਪ ਪਰਮਾਤਮਾ ਦੁਨੀਆਂ ਤੇ ਆਇਆ, ਆਗਾਜ਼ ਹੋਇਆ। ਕਿਤੇ ਉਹਦਾ ਆਗਮਨ ਤੁਸੀਂ ਆਪਣੇ ਨਾਲ ਨਾ ਜੋੜ ਲਓ ਵੀ ਸ਼ਾਇਦ ਸਾਡੇ ਵਰਗਾ ਹੀ ਹੈ ਤੇ ਸਾਡੇ ਵਾਂਗੂ ਹੀ ਦੁਨੀਆਂ ਤੇ ਆਇਆ ਹੈ। ਨਹੀਂ, ਉਹ ਬੜੀਆਂ ਬਰਕਤਾਂ ਦਾ ਮਾਲਕ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ। ਗੁਰੂ ਨਾਨਕ ਪਰਮਾਤਮਾ ਸਰੂਪ ਹੈ, ਗੁਰੂ ਨਾਨਕ ਹੀ ਪਰਮਾਤਮਾ ਹੈ, ਗੁਰੂ ਨਾਨਕ ਹੀ ਖੁਦਾ ਹੈ। ਇਹ ਤੇ ਬੜੇ ਨਿੱਕੇ ਲਕਬ ਨੇ, ਟੀਚਰ ਕਹਿ ਦੇਣਾ ਉਸਨੂੰ, ਸੱਚ ਦਾ ਪ੍ਰਚਾਰਕ ਕਹਿ ਦੇਣਾ, ਇਹ ਤਾਂ ਮਾਮੂਲੀ ਜੀਆਂ ਗੱਲਾਂ ਨੇ। ਸਭ ਤੋਂ ਵੱਡਾ ਲਕਬ ਬਾਣੀ ਨੇ ਗੁਰੂ ਅਰਜਨ ਸਾਹਿਬ ਨੇ ਦਿੱਤਾ ਹੈ, ਕਹਿੰਦੇ ਗੁਰੂ ਨਾਨਕ ਮਾਮੂਲੀ ਟੀਚਰ ਨਹੀਂ ਹੈ। ਇੱਥੇ ਬੜੇ ਅਧਿਆਪਕ ਆਉਣਗੇ, ਬੜੇ ਵਿਦਵਾਨ ਆਉਣਗੇ, ਬੜੇ ਸੂਝਵਾਨ, ਬੜੇ ਬੜੇ ਸੂਝਵਾਨ ਆਉਣਗੇ, ਪਰ ਗੁਰੂ ਨਾਨਕ ਇਹਨਾਂ ਚੋਂ ਕੋਈ ਨਹੀਂ ਹੈ। ਗੁਰੂ ਨਾਨਕ ਤੇ ਹੈ ਜਨ ਨਾਨਕ ਗੁਰ ਪਾਰ ਬ੍ਰਹਮ, ਜੋ ਸਭਨਾ ਤੋਂ ਪਰੇ ਹੈ, ਸਭ ਗਿਆਨੀਆਂ ਧਿਆਨੀਆਂ ਮਹਾਂਪੁਰਸ਼ਾਂ ਤੋਂ ਜਿਹੜਾ ਪਰੇ ਹੈ ਉਸਨੂੰ ਗੁਰੂ ਨਾਨਕ ਕਿਹਾ ਗਿਆ ਹੈ। ਉਸਦਾ ਨਾਮ ਨਾਨਕ ਨਿਰੰਕਾਰੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਹ ਲਕਬ ਦਿੱਤਾ ਹੈ ਵੀ ਪਰਮਾਤਮਾ ਨੇ ਉਹ, ਤੇ ਸਾਡੇ ਲਈ ਸਿੱਖਾ ਇਹਦੇ ਤੋਂ ਵੱਧ ਕੇ ਕੀ ਹੈ? ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਸਜੇਵੜ ਅਵਰਨਾ। ਇੱਕ ਕਥਾਕਾਰ ਦੀ ਬੋਲੀ, ਇੱਕ ਕਥਾਕਾਰ ਦੇ ਬੋਲ ਵਿੱਚ, ਕੀਰਤਨੀਏ ਦੇ ਬੋਲ ਵਿੱਚ ਯਾਦ ਰੱਖੀ, ਬਰਕਤ ਤੇ ਹੈ, ਪਰ ਕਿਸੇ ਕਥਾਕਾਰ ਦੇ ਕੀਰਤਨੀਏ ਰਾਗੀ ਢਾਡੀ ਦੇ ਬੋਲ ਇਹ ਹਸਤੀ ਨਹੀਂ ਰੱਖਦੇ ਵੀ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੂੰ ਕੱਟ ਸਕਣ। ਤੇ ਗੁਰੂ ਗ੍ਰੰਥ ਸਾਹਿਬ ਨੇ ਦਾਅਵੇ ਨਾਲ ਕਹਿ ਦਿੱਤਾ ਹੈ, ਗੁਰੂ ਅਰਜਨ ਸਾਹਿਬ ਨੇ ਕਹਿ ਦਿੱਤਾ ਹੈ, ਫਿਰ ਪੜ੍ਹ ਦਿਓ, ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ। ਆਖਿਆ ਕਿਸਨੇ ਹੈ? ਤਿਸ ਜੇ ਵਡੇ ਅਵਰਨਾ ਕੋਈ, ਕਿਹਦੇ ਵਰਗਾ ਨਹੀਂ ਹੈ ਕੋਈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਇਹ ਬਾਣੀ ਲਿਖੀ ਕਿੱਥੇ ਹੈ? ਪੋਥੀ ਪਰਮੇਸ਼ਰ ਕਾ ਥਾਨ, ਆਪ ਖੁਦ ਖੁਦਾ ਪਰਮੇਸ਼ਰ ਸਰੂਪ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਗੁਰੂ ਨਾਨਕ ਹੀ ਖੁਦਾ ਹੈ, ਗੁਰੂ ਨਾਨਕ ਹੀ ਮੇਰਾ ਪਹਿਲਾ ਸਰੂਪ ਹੈ। ਅੱਜ ਖੈਰ ਉਹ ਸ਼ਬਦ ਦੇ ਸਰੂਪ ਵਿੱਚ ਮੌਜੂਦ ਨੇ। ਇੱਥੋਂ ਸਿੱਖ ਦੀ ਭਾਵਨਾ ਸ਼ੁਰੂ ਹੋਣੀ ਚਾਹੀਦੀ ਹੈ ਵੀ ਗੁਰੂ ਨਾਨਕ ਪਰਮਾਤਮਾ ਸਰੂਪ ਨੇ। ਦੀਨ ਦੁਨੀਆ ਦੇ ਮਾਲਕ ਦਾ ਦੁਨੀਆਂ ਤੇ ਆਗਾਜ਼ ਹੋਇਆ, ਦੁਨੀਆਂ ਤੇ ਆਗਮਨ ਹੋਇਆ,
ਇੱਕ ਸੌ ਸਾਖੀ ਦਾ ਜ਼ਿਕਰ ਆਉਂਦਾ ਹੈ ਇਤਿਹਾਸ ਵਿੱਚ। ਕਹਿੰਦੇ ਪਰਮਾਤਮਾ ਦੇ ਸਨਮੁਖ ਗੁਰੂ ਨਾਨਕ ਸਾਹਿਬ ਆਪਣੇ ਨਿਰਗੁਣ ਸਰੂਪ ਦੇ ਸਾਹਮਣੇ ਬੈਠੇ ਨੇ ਤੇ ਸਹਿ ਸੁਭਾਅ ਮਹਾਰਾਜ ਨੇ ਬਚਨ ਕੀਤਾ ਵੀ ਤੁਸੀਂ ਮੈਨੂੰ ਸਰਗੁਣ ਸਰੂਪ ਬਣਾ ਕੇ ਦੁਨੀਆਂ ਤੇ ਘੱਲਿਆ ਹੈ ਧਰਮ ਦੀ ਸਥਾਪਨਾ ਕਰਨ ਲਈ। ਪਰ ਧਰਮ ਦੀ ਸਥਾਪਨਾ ਕਰਨ ਦੇ ਲਈ, ਉਪਦੇਸ਼ਕ ਬਣਨ ਲਈ ਪਹਿਲਾਂ ਗੁਰੂ ਧਾਰਨਾ ਪੈਂਦਾ ਹੈ ਤੇ ਤੁਸੀਂ ਮੈਨੂੰ ਉਪਦੇਸ਼ ਕਰੋ। ਨਿਰਗੁਣ ਸਰੂਪ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਮੈਨੂੰ ਉਪਦੇਸ਼ ਕਰੋ ਤੁਸੀਂ। ਇਹ ਵੇਈ ਨਦੀ ਦਾ ਜ਼ਿਕਰ ਹੈ ਜਦੋਂ ਤਿੰਨ ਦਿਨ ਪਾਤਸ਼ਾਹ ਡੁੱਬੇ ਰਹੇ ਸਨ। ਖੈਰ ਉਹਦੇ ਹੁਕਮ ਵਿੱਚ ਤੇ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਇਹ ਪੌਣ ਪਾਣੀ ਦਰਿਆ, ਇਹ ਸੂਰਜ ਚੰਦਰਮੇ ਉਹਦੇ ਹੁਕਮ ਵਿੱਚ ਨੇ, ਪਾਣੀ ਨੇ ਉਹਨੂੰ ਕੀ ਕਹਿਣਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਇੱਦਾਂ ਗੱਲਬਾਤ ਚੱਲਦੀ ਹੈ ਰੱਬ ਨਾਲ। ਉਹ ਕਹਿੰਦੇ ਮੈਂ ਕਰ ਲੈਂਦਾ, ਮੈਂ ਨਿਰਗੁਣ ਸਰੂਪ ਨਾਲ ਗੱਲਾਂ ਕਰ ਲੈਂਦਾ। ਕਹਿੰਦੇ ਯਕ ਅਰਜ ਗੁਫਤੰਗ ਪੇਸ ਤੋ ਦਰਗੋਸ ਕੁਨ ਕਰਤਾਰ। ਯਕ ਅਰਜ, ਇੱਕ ਅਰਜ ਹੈ, ਗੁਫਤੰਗ ਹੈ ਗੁਪਤ, ਪੇਸ ਤੋ ਤੇਰੇ ਪਾਸ, ਦਰਗੋਸ ਕੁਨ ਕਰਤਾਰ ਕੰਨ ਨੇੜੇ ਕਰ। ਫਾਰਸੀ ਦੇ ਬੋਲ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਇੱਕ ਅਰਜ਼ ਹੈ ਕੰਨ ਨੇੜੇ ਕਰ ਦੱਸਾਂ। ਇੱਦਾਂ ਗੱਲਾਂ ਬਾਤਾਂ ਆਪਣੇ ਨਿਰਗੁਣ ਸਰੂਪ ਨਾਲ ਉਹ ਕਰਦੇ ਰਹਿੰਦੇ ਨੇ। ਖੈਰ ਆਹਮੋ ਸਾਹਮਣੇ ਬੈਠੇ ਗੱਲ ਚੱਲ ਪਈ ਤੇ ਪਰਮਾਤਮਾ ਕਹਿੰਦੇ ਨਿਰਗੁਣ ਸਰੂਪ ਵੀ ਜਦੋਂ ਤੂੰ ਹੈ ਮੇਰਾ ਸਰਗੁਣ ਸਰੂਪ, ਮੈਂ ਜੋਤ ਤੇ ਤੂੰ ਚੋਲਾ, ਆਪਾਂ ਹੈ ਇੱਕ ਮੇਕਾਂ ਤੇ, ਦੱਸ ਤੈਨੂੰ ਉਪਦੇਸ਼ ਕੀ ਕਰਾਂ ਮੈਂ, ਜੋ ਮੇਰਾ ਹੈ ਉਹ ਤੇਰਾ ਹੈ। ਜਿਵੇਂ ਕਲਗੀਧਰ ਕਹਿੰਦੇ ਨਾ ਵੀ ਮੈਨੂੰ ਦੁਨੀਆਂ ਤੇ ਘੱਲਣ ਲੱਗੇ ਪਰਮਾਤਮਾ, ਇਹ ਕਹਿੰਦੇ ਨੇ ਦਵੈਤੇ ਏਕ ਰੂਪ ਹਵੈ ਗਏ, ਤੂੰ ਤੇ ਮੈਂ ਇੱਕ ਰੂਪ ਹਾਂ। ਪਿਓ ਦੀ ਜਿੰਨੀ ਵੀ ਜਾਇਦਾਦ ਹੈ ਉਹ ਪੁੱਤਰ ਦੀ ਹੁੰਦੀ ਹੈ, ਖੁਦਾ ਦੀ ਜਿੰਨੀ ਵੀ ਅਜ਼ਮਤ ਹੈ ਉਹ ਗੁਰੂ ਨਾਨਕ ਦੀ ਹੈ। ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰੇ, ਉਹ ਸਾਰੀ ਕਲਾ ਪਰਮਾਤਮਾ ਦੀ ਗੁਰੂ ਨਾਨਕ ਦੀ ਹੈ। ਕੀ ਉਪਦੇਸ਼ ਕਰੇ ਉਸਨੂੰ? ਉੱਥੇ ਤਿੰਨ ਬਚਨ ਹੋਏ ਨੇ ਇਤਿਹਾਸ ਵਿੱਚ। ਪਰਮਾਤਮਾ ਨੇ ਗੁਰੂ ਨਾਨਕ ਨਿਰੰਕਾਰੀ ਨੂੰ ਇਹ ਬੋਲ ਕਹੇ ਨੇ, ਕਹਿੰਦੇ ਦੇਖ ਐ ਗੁਰੂ ਨਾਨਕ, ਜਿਸ ਉੱਪਰ ਤੇਰੀ ਨਜ਼ਰ ਤਿਸ ਉੱਪਰ ਮੇਰੀ ਨਜ਼ਰ, ਜਿਸ ਉੱਪਰ ਤੇਰਾ ਕਰਮ ਤਿਸ ਉੱਪਰ ਮੇਰਾ ਕਰਮ। ਨਜ਼ਰ ਕੀ ਹੁੰਦੀ ਹੈ? ਬੜੀ ਕਿਰਪਾਲੂ ਦਿਆਲੂ ਨਜ਼ਰ ਹੋ ਜਾਣੀ ਕਿਸੇ ਤੇ ਦਾ ਮਤਲਬ ਕੀ ਹੈ? ਨਜ਼ਰ ਵਿੱਚ ਰਹਿਣ ਦਾ ਮਤਲਬ ਕੀ ਹੈ? ਜਿਹਦੇ ਉੱਤੇ ਗੁਰੂ ਨਾਨਕ ਦੀ ਨਜ਼ਰ ਹੋ ਗਈ ਉਹਦੀਆਂ ਝੋਲੀਆਂ ਸਦਾ ਹੀ ਭਰੀਆਂ ਰਹਿੰਦੀਆਂ ਨੇ। ਅਸੀਂ ਤੇ ਸਾਰੇ ਗੁਰੂ ਦੇ ਚਰਨੀ ਲੱਗਦੇ ਹਾਂ ਪਰ ਗੁਰੂ ਸਾਰਿਆਂ ਤੇ ਨਜ਼ਰ ਨਹੀਂ ਕਰਦਾ। ਜਿਹਦੇ ਤੇ ਰੀਝਦਾ ਹੈ ਨਾ, ਜਿਹਦੇ ਗੁਣਾਂ ਤੇ ਰੀਝਦਾ ਹੈ ਉਹਦੇ ਤੇ ਹੀ ਨਜ਼ਰ ਕਰਦਾ ਹੈ। ਬਸ ਜਿਹਦੇ ਤੇ ਤੇਰੀ ਨਜ਼ਰ ਹੋ ਗਈ, ਤੇਰੀ ਕਿਰਪਾ ਹੋ ਗਈ, ਜਿਹੜਾ ਤੇਰੀ ਨਜ਼ਰ ਚੜ ਗਿਆ ਗੁਰੂ ਨਾਨਕ, ਉਹਦੀਆਂ ਝੋਲੀਆਂ ਭਰ ਗਈਆਂ। ਤੇਰੀ ਨਜ਼ਰ ਹੋਣ ਦਾ ਮਤਲਬ ਹੈ ਖੁਦਾ ਦੀ ਨਜ਼ਰ ਹੋ ਗਈ। ਕਹਿੰਦੇ ਮੇਰੀ ਨਜ਼ਰ ਹੋ ਗਈ, ਜਿਸ ਉੱਪਰ ਤੇਰੀ ਨਜ਼ਰ ਤਿਸ ਉੱਪਰ ਮੇਰੀ ਨਜ਼ਰ, ਜਿਸ ਉੱਪਰ ਤੇਰਾ ਕਰਮ ਤਿਸ ਉੱਪਰ ਮੇਰਾ ਕਰਮ। ਕਰਮ ਦਾ ਮਤਲਬ ਕੀ ਹੈ? ਕਿਰਪਾ, ਰਹਿਮ। ਗੁਰੂ ਨਾਨਕ ਜਿਹੜਾ ਤੇਰੇ ਅੱਗੇ ਗਿੜਗਿੜਾਵੇਗਾ, ਜਿਹੜਾ ਤੇਰੇ ਅੱਗੇ ਝੋਲੀ ਅੱਡੇਗਾ, ਜਿਹਦੇ ਤੇ ਤੈਨੂੰ ਤਰਸ ਆ ਗਿਆ, ਜਿਹਦੇ ਤੇ ਤੂੰ ਕਰਮ ਕਰੇਗਾ ਉਹਦੇ ਤੇ ਹੀ ਮੈਂ ਕਰਮ ਕਰਾਂਗਾ, ਜਿਹੜਾ ਤੈਨੂੰ ਨਾ ਮਨਾ ਸਕਿਆ ਉਹ ਮੈਨੂੰ ਵੀ ਮਨਾ ਨਹੀਂ ਸਕੇਗਾ। ਜਿਸ ਉੱਪਰ ਤੇਰਾ ਕਰਮ ਤਿਸ ਉੱਪਰ ਮੇਰਾ ਕਰਮ। ਇੱਕ ਤੀਸਰੀ ਗੱਲ ਕਹੀ ਹੈ ਦੀਨ ਦੁਨੀਆਂ ਦੇ ਮਾਲਕ ਨੂੰ ਉਸ ਪਰਮਾਤਮਾ ਨੇ। ਪਰਮਾਤਮਾ ਆਖਣ ਲੱਗੇ ਮੈਂ ਤੈਨੂੰ ਉਪਦੇਸ਼ ਕੀ ਕਰਾਂ? ਆਪਣੇ ਸਰਗੁਣ ਸਰੂਪ ਨੂੰ ਕਹਿੰਦੇ ਮੇਰਾ ਨਾਉ ਪਾਰ ਬ੍ਰਹਮ ਪਰਮੇਸ਼ਰ। ਧਿਆਨ ਦਿਓ, ਤਿੰਨ ਗੱਲਾਂ ਨੇ, ਜਿਸ ਉੱਪਰ ਤੇਰੀ ਨਜ਼ਰ ਤਿਸ ਉੱਪਰ ਮੇਰੀ ਨਜ਼ਰ, ਜਿਸ ਉੱਪਰ ਤੇਰਾ ਕਰਮ ਤਿਸ ਉੱਪਰ ਮੇਰਾ ਕਰਮ। ਆਪਣੇ ਵਿੱਚ ਫਰਕ ਕੇਵਲ ਇੰਨਾ ਹੈ, ਪਰਮਾਤਮਾ ਕਹਿੰਦੇ
मेरा नाओ पार ब्रह्म परमेश्वर, तेरा नाओ गुर परमेश्वर। एक चोले का फर्क है, तू सरगुण स्वरूप विच है ते मैं निर्गुण जोत हाँ। तू जेदे ते रीझेगा उदे ते मैं रीझांगा, जेदियां झोलियां तू भरनिया चाहेगा ओदियां मैं भरांगा, जेदे ते तेरा रहम होवेगा उदे ते मैं रहम करांगा। इनू गुरु अर्जन साहब ने इउं फरमाया है, कहिंदे जन नानक भगत दर तुल ब्रह्म समसर। तुल की हुंदा जेड़ा बराबर तुल जावे, खुदा दे बराबर कोई तुल नहीं सकता, इको हस्ती है। वो कौन है ध्यान दो, वो है जिनू परमात्मा कहिंदे तेरा नाओ गुर परमेश्वर। आखन लगे जन नानक भगत दर तुल ब्रह्म समसर, एक जीही क्या बखान है हां के बल 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 सद बलिहार। ऐ गुरु नानक तू ही खुदा दे बराबर तुल सकदा है, और एक गल तय है तेरे गुणा दा अंत कोई पा नहीं सकदा। अते आपां इत्थे अद्धा पौणा घंटा कथा करनी है, ते सदियां तो उहदी कथा चल रही है। साह मुक गए, अल्फाज मुक गए, बड़िया बड़िया डिक्शनरियां मिट्टी हो गई, पर गुरु नानक निरंकारी दे गुण नहीं मुके और ना मुक ही सकते ने। वो सागर है, ते सागरां दे अंत बुलबुलियां कोलों कदे नहीं पैंदे हुंदे। गुरु अर्जन साहब ने प्रतख हर ने, गुर अर्जन प्रतख हर ने कह दिता केवल ये तुसी कर सकते हो, हां के बल 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 सद बलिहार, बलहारे जाओ उस तो केवल इन्ना कर सकते हो, होर कुछ भी नहीं। केवल उहदे गुण गा सकते हो, गुणा दा अंत नहीं पाया जा सकता। पर एक गल दा ख्याल रखियो, जिते गुरु नानक प्रसाद करेगा कृपा करेगा, जेड़ा सतगुर प्रसाद हासिल कर लवेगा उहदे ते ही खुदा दा प्रसाद बरसेगा, उहदे ते ही परमात्मा खुश होवेगा। जिन्ने गुरु नानक नूं खुश ना कीता उहदा परमात्मा भी रुसिया समझो, ते जन्म ही गुरु नानक नूं खुश करन लई मिलिया है। और उहनूं खुश किवें करना है, उहदी पहली बाणी दा ही नाम की है, जप। कहिंदे जपिया कर, जप जी साहब कहिंदे हो ना जप। जे गुरु नानक नूं खुश करना है ते चौंकड़ा ला के उहदे निर्गुण दे गुण गाओ, गुरु नानक निरंकारी दे गुण गाओ, फिर गुरु नानक पातशाह रीझ पैंदे ने। अच्छा, उहदे इक नां दी डेफिनेशन है, तुहाडे नाल सांझ पावां। अरबी फारसी दे विच नानक लफ्ज़ दी डेफिनेशन है, ये तीन तीन अखर ने साबत, दो नन्ने एक कक्का विच एक कन्ना है, ते कन्ना पाके चार बन जांदे ने। गुरु नानक साहब का जेड़ा नाम है, नाम दे विच ही बड़ी बरकत है। गुरु नानक साहब का जेड़ा नाम है ना, भाई साहब भाई नंद लाल ने गंजनामे विच डेफिनेशन दिती है। वो गुरु नानक साहब के प्रथाए बोलते ने, दो नू ने नामे पाक्ष, ध्यान दो, दो नू ने नामे पाक्ष नईम व नसीर, दो नू ने नामे पाक्ष नईम व नसीर व अल्फे म्याने अहद व अल्फे म्याने अहद व काफे आखरीन कबीर। दो नून ने नाम पाक्ष, दो नून ने नाम विच, भाव दो नन्ने ने, फारसी विच नन्ने नू नून कह दिंदे ने। ऐ गुरु नानक तेरे नाम दे विच दो नन्ने ने। पहले नन्ने दा मतलब है नईम, ते दूजे नन्ने दा मतलब है नसीर। हुण तुसीं ध्यान दो भी नईम की हुंदा है। ऐ गुरु नानक तेरे पाक ते पवित्र नाम दे दो नन्ने ने। पाक्ष कहिंदे ने पा अश, पदछेद कर लो वखो वख, पाक पवित्र अश, उन्हां दा जिहड़ा पाक नाम है उहदे विच दो नन्ने ने, ते पहले नन्ने दा मतलब है नईम, ते नईम दा अर्थ हुंदा है नियामतां वंडण वाला।
ਨਿਯਮ ਦਾ ਜਿਹੜਾ ਮਤਲਬ ਹੈ, ਨਿਯਮ ਦਾ ਮਤਲਬ ਹੈ ਗੁਰੂ ਨਾਨਕ ਨਿਰੰਕਾਰੀ ਦੇ ਨਾਮ ਦਾ ਨੰਨਾ ਸਾਨੂੰ ਇਹ ਉਪਦੇਸ਼ ਦਿੰਦਾ ਹੈ ਵੀ ਗੁਰੂ ਨਾਨਕ ਤੋਂ ਲਹਿਦਾ ਕੋਈ ਇਨਾਮ ਬਖਸ਼ਣ ਵਾਲਾ, ਝੋਲੀਆਂ ਭਰਨ ਵਾਲਾ ਨਹੀਂ ਹੈ। ਦਾਦਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ, ਗੁਰੂ ਨਾਨਕ ਹੀ ਦਾਤਾਰ ਹੈ, ਗੁਰੂ ਨਾਨਕ ਹੀ ਝੋਲੀਆਂ ਭਰਨ ਵਾਲਾ ਹੈ। ਤੇ ਨਸੀਰ ਹੁੰਦਾ ਹੈ ਆਪਣੇ ਪਿਆਰਿਆਂ ਦੀ ਮਦਦ ਕਰਨ ਵਾਲਾ, ਨਈਮ ਵਾ ਨਸੀਰ, ਨਈਮ ਨਿਆਮਤਾਂ ਵੰਡਣੀਆਂ, ਝੋਲੀਆਂ ਭਰਨ ਵਾਲਾ। ਤੇ ਨਸੀਰ ਕਹਿੰਦੇ ਨੇ ਜਿਹੜਾ ਮਦਦਗਾਰ ਹੋਵੇ, ਦੁੱਖ ਸੁੱਖ ਵਿੱਚ ਆਪਣੇ ਪਿਆਰਿਆਂ ਦੀ ਮਦਦ ਕਰੇ। ਇਤਿਹਾਸ ਪੜ੍ਹਿਓ ਕਿਤੇ, ਭਾਈ ਮਰਦਾਨਾ ਜੀ, ਭਾਈ ਬਾਲਾ ਜੀ ਦੀ ਕਿੱਥੇ ਕਿੱਥੇ ਬਾਂਹ ਫੜਦਾ ਰਿਹਾ ਹੈ, ਕਦੇ ਕੌਡੇ ਰਾਕਸ਼ ਦੀ ਪਕੜ ਚੋਂ ਬਚਾ ਲੈਣਾ। ਜਿੱਥੇ ਵੀ ਧਿਆਓ ਗੁਰੂ ਨਾਨਕ ਨਿਰੰਕਾਰੀ ਨੂੰ, ਗੁਰੂ ਨਾਨਕ ਉੱਥੇ ਹੀ ਬੌੜਦਾ ਹੈ। ਇਹ ਠੀਕ ਹੈ, ਦੇਵਣ ਵਾਲੇ ਕਹਿ ਹੱਥ ਦਾਤ ਹੈ, ਦੇਵਣ ਵਾਲੇ ਕਹਿ ਹੱਥ ਦਾਤ ਹੈ, ਗੁਰੂ ਦੁਆਰਾ ਪਾਏ, ਖੁਦਾ ਖਜ਼ਾਨਿਆਂ ਦਾ ਮਾਲਕ ਹੈ। ਪਰ ਗੁਰੂ ਬਣ ਕੇ ਦੁਨੀਆਂ ਤੇ ਆਇਆ ਤੇ ਦਾਤਾਂ ਵੰਡ ਰਿਹਾ ਹੈ, ਹੋਰ ਕੋਈ ਜਗ੍ਹਾ ਨਹੀਂ ਹੈ। ਜੇ ਝੋਲੀਆਂ ਚਾਹੁੰਦਾ ਹੈ ਭਰੀਆਂ ਰਹਿਣ, ਦਾ ਗਿਫਟ ਇਜ਼ ਇਨ ਦੀ ਹੈਂਡ ਆਫ ਦਾ ਗਿਵਰ, ਖੁਦਾ ਦੇ ਹੱਥ ਵਿੱਚ ਸਭ ਕੁਝ ਹੈ, ਕੋਈ ਦੋ ਰਹਿ ਨਹੀਂ ਹੈ। ਜੋ ਕੁਝ ਵੀ ਮੰਗਦਾ ਹੈ ਪਰਮਾਤਮਾ ਦੇ ਕੋਲ ਹੈ, ਪਰ ਵੀ ਰਿਸੀਵ ਇਟ ਐਟ ਦਾ ਗੁਰੂ ਜੋਰ, ਗੁਰੂ ਦੇ ਦਰ ਤੋਂ ਲਹਿਦਾ ਝੋਲੀ ਨਿਊ ਭਰਨੀ, ਲੱਖ ਕਬਰਾਂ ਅੱਗੇ ਮੱਥੇ ਰਗੜਲਾ, ਲੱਖ ਮੂਰਤਾਂ ਅੱਗੇ ਟਲ ਖੜਕਾ ਲੈ, ਇੱਕੋ ਹੀ ਜਗ੍ਹਾ ਹੈ। ਫਿਰ ਪੜ੍ਹ ਦਿਓ ਦਾਦਾ ਦਾਤਾ ਇੱਕ ਹੈ, ਉਹ ਕੌਣ ਹੈ, ਦੋਨੂੰ ਨੇ ਪਾਕਸ਼, ਦੋਨੂੰ ਨੇ ਨਾਮ ਏ ਪਾਕਸ਼, ਨਈਮ ਵਾ ਨਸੀਰ। ਗੁਰੂ ਨਾਨਕ ਨਿਆਮਤਾਂ ਵੰਡਦਾ ਹੈ, ਗੁਰੂ ਨਾਨਕ ਨਸੀਰ ਹੈ, ਦੁੱਖ ਸੁੱਖ ਵਿੱਚ ਤੁਹਾਡੀ ਬਾਂਹ ਫੜਦਾ ਹੈ, ਦੁੱਖਾਂ ਤੋਂ ਰੱਖਿਆ ਕਰਦਾ ਹੈ। ਕਹੋ ਨਾਨਕ ਮੇਰਾ ਗੁਰ ਸਮਰਾਥਾ, ਧਿਆਨ ਦਿਓ ਬੜਾ ਸਮਰੱਥ ਹੈ ਉਹ, ਕਹੋ ਨਾਨਕ ਮੇਰਾ ਗੁਰ ਸਮਰਾਤਾ, ਕੱਲ ਕਲੇਸ਼ ਪੈ ਭਰਮ ਦੁੱਖ ਲਾਥਾ, ਕਲਯੁਗ ਅੰਦਰ ਕੋਈ ਵੀ ਦੁੱਖ ਹੈ, ਕੋਈ ਵੀ ਭੈ ਹੈ, ਕੋਈ ਵੀ ਰੋਗ ਹੈ, ਕੋਈ ਵੀ ਸੋਗ ਹੈ, ਬਾਹਾਂ ਖੜੀਆਂ ਕਰ ਦੇਣ ਨਾ ਜਦੋਂ ਲੋਕ, ਜਦੋਂ ਤੇਰੇ ਤੇ ਇਹ ਹਾਲਾਤ ਬਣ ਜਾਣ, ਜਾਂ ਕਹੋ ਮੁਸ਼ਕਲ ਅਤ ਬਣੈ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਖ, ਵੀ ਭੱਜ ਖਲੇ ਸਭੋ ਭੱਜੇ ਆਸਰਾ, ਚੂਕੈ ਸਭ ਅਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ, ਲੱਗੇ ਨਾ ਤਤੀ। ਤੇ ਪਾਰ ਬ੍ਰਹਮ ਕੌਣ ਹੈ, ਆਪ ਨਾਰਾਇਣ, ਕਲਾ ਧਾਰ ਜਗ ਮੈਂ ਪਰਵਰਿਓ, ਗੁਰੂ ਨਾਨਕ ਤੋਂ ਲਹਿਦਾ ਕੋਈ ਸਮਰੱਥ ਨਹੀਂ ਹੈ। ਕਹੋ ਨਾਨਕ ਮੇਰਾ ਗੁਰ ਸਮਰੱਥਾ, ਗੁਰੂ ਨਾਨਕ ਹੀ ਸਮਰੱਥ ਹੈ, ਗੁਰੂ ਨਾਨਕ ਹੀ ਰੱਖਿਆ ਕਰਨ ਵਾਲਾ ਹੈ। ਵਾਹਿਗੁਰੂ ਇਜ਼ ਆਲ ਪਾਵਰਫੁਲ, ਬੜਾ ਬਲਵਾਨ ਹੈ, ਬੜਾ ਤਾਕਤਵਰ ਹੈ, ਹੋਰ ਕਿਧਰੇ ਤੈਨੂੰ ਝੋਲੀ ਅੱਡਣ ਦੀ ਲੋੜ ਨਹੀਂ ਹੈ, ਗੁਰੂ ਨਾਨਕ ਅੱਗੇ ਝੋਲੀਆਂ ਅੱਡਿਆ ਕਰ, ਬੜੀ ਵੱਡੀ ਬਰਕਤ ਹੈ। ਨਈਮ ਤੇ ਨਸੀਰ ਨਿਆਮਤਾਂ ਵੰਡਦਾ ਹੈ, ਝੋਲੀਆਂ ਭਰਦਾ ਹੈ, ਤੇ ਦੂਜੇ ਨੰਨੇ ਦਾ ਮਤਲਬ ਹੈ ਨਸੀਰ ਹੈ, ਮਦਦਗਾਰ ਹੈ। ਆਓ ਹੁਣ ਕੰਨੇ ਦੀ ਗੱਲ ਕਰੀਏ, ਕੰਨਾਂ ਤੇ ਕੱਕਾ, ਦੋਵਾਂ ਨੰਨਿਆਂ ਦੀ ਗੱਲ ਹੋ ਗਈ, ਦੋ ਨੂੰਹ ਨੇ, ਨਾਮ ਏ ਪਾਕਸ਼, ਨਈਮ ਵਾ ਨਸੀਰ। ਹੁਣ ਜਿਹੜੇ ਅਲਫ ਦੀ ਗੱਲ ਹੈ ਨਾ, ਜਿਹੜੀ ਕੰਨੇ ਦੀ ਗੱਲ ਹੈ, ਵਾ ਅਲਫ, ਵਾ ਅਲਫੇ ਮਿਆਨ ਅਹਦ, ਵਾ ਅਲਫੇ ਮਿਆਨ ਅਹਦ। ਹੁਣ ਧਿਆਨ ਦਿਓ, ਉਰਦੂ ਵਿੱਚ ਐੜੇ ਦੀ ਆਵਾਜ਼ ਕੰਨਾ ਹੀ ਦਿੰਦਾ ਹੈ, ਅਰਬੀ ਫਾਰਸੀ ਦੇ ਵੀ ਐਸੇ ਕੁਝ ਅਸੂਲ ਨੇ। ਕਹਿੰਦੇ ਗੁਰੂ ਨਾਨਕ ਤੇਰੇ ਨਾਮ ਵਿੱਚ ਜਿਹੜਾ ਏਕਾ ਹੈ ਨਾ, ਏਕਾ ਇਹਦਾ ਮਤਲਬ ਪਤਾ ਕੀ ਹੈ, ਜੋ ਸਰਣੇ ਆਵੇ ਤੇ ਸਕੰਠ ਲਾਵੇ। ਗੁਰੂ ਨਾਨਕ ਇਕੱਲੇ ਸਿੱਖਾਂ ਦਾ ਨਹੀਂ ਹੈ, ਐਵੇਂ ਟੈਚੀ ਜਿਹਾ ਨਾ ਬੰਦ ਕਰਕੇ ਫਿਰਿਆ ਕਰੋ ਵੀ ਸਾਡਾ ਹੀ ਹੈ ਗੁਰੂ ਨਾਨਕ, ਹਿੰਦੂ ਸਿੱਖ ਦਾ ਤੇ ਉਹ ਸਤਿਗੁਰੂ ਹੈ। ਤੇ ਇਸਲਾਮ ਜਗਤ ਨੇ ਭਾਈ ਗੁਰਦਾਸ ਕਹਿੰਦੇ ਉਹਨੂੰ ਕੀ ਆਖਿਆ ਹੈ, ਜ਼ਾਹਰ ਪੀਰ ਜਗਤ ਗੁਰ ਬਾਬਾ, ਸਮੁੱਚਿਆਂ ਨੇ ਪੀਰ ਮੰਨਿਆ ਹੈ ਵੀ ਤੇਰੇ ਨਾਲੋਂ ਵੱਡਾ ਗੁਰੂ ਨਾਨਕ ਕੋਈ ਨਹੀਂ ਹੈ। ਅਲਫੇ ਵਾਹ, ਅਲਫੇ ਮਿਆਨ ਅਹਦ ਵਾ ਕਾਫੇ ਆਖਰੀਨ ਕਬੀਰ, ਤੇਰੇ ਨਾਮ ਦਾ ਕੰਨਾ ਇਹ ਸਮਝਾਉਂਦਾ ਹੈ ਵੀ ਗੁਰੂ ਨਾਨਕ ਤੂੰ ਇੱਕ ਹੈ, ਤੂੰ ਇੱਕ ਹੈ, ਤੂੰ ਸਭਨਾਂ ਨੂੰ ਇੱਕ ਸਾਰ ਉਪਦੇਸ਼ ਦਿੰਦਾ ਹੈ, ਤੂੰ ਸਾਰਿਆਂ ਦੇ ਨਾਲ ਪ੍ਰੇਮ ਕਰਦਾ ਹੈ, ਸਾਰਿਆਂ ਦੀਆਂ ਝੋਲੀਆਂ ਭਰਦਾ ਹੈ, ਤੇਰੇ ਦਰ ਉੱਤੇ ਕਿਸੇ ਵਰਣ ਦਾ
ਕਿਸੇ ਮਜ਼ਹਬ ਦਾ ਇਨਸਾਨ ਆ ਜਾਵੇ, ਗੁਰੂ ਨਾਨਕ ਤੂੰ ਖਾਲੀ ਨਹੀਂ ਮੋੜਦਾ, ਤੂੰ ਇੱਕ ਹੈ। ਤੇ ਜੇ ਗੁਰੂ ਨਾਨਕ ਇੱਕ ਹੈ ਤੇ ਫਿਰ ਉਹਦੀ ਬਾਣੀ ਕਿੱਥੋਂ ਸ਼ੁਰੂ ਹੁੰਦੀ ਹੈ? ਇੱਕ ਓਅੰਕਾਰ, ਇੱਕ ਨਾਲ ਜੋੜਨ ਦੀ ਗੱਲ ਕਰਦੇ ਨੇ, ਭਾਵ ਗੁਰੂ ਨਾਨਕ ਹੀ ਪਰਮਾਤਮਾ ਹਨ, ਉਹਦਾ ਨਿਰਗੁਣ ਸਰੂਪ, ਉਹੀ ਨਿਰਗੁਣ ਸਰੂਪ ਸਰਗੁਣ ਬਣ ਕੇ, ਗੁਰੂ ਨਾਨਕ ਬਣ ਕੇ ਦੁਨੀਆਂ ਤੇ ਆਇਆ। ਇੱਕ ਦਾ ਮਤਲਬ ਨੰਨੇ ਨੂੰ ਕੰਨਾ ਹੈ, ਜੋ ਉਹਦਾ ਮਤਲਬ ਗੁਰੂ ਨਾਨਕ ਇੱਕ ਹੈ, ਸਾਰਿਆਂ ਦਾ ਸਾਂਝਾ ਹੈ, ਸਾਰਿਆਂ ਦਾ ਜਗਤ ਗੁਰੂ ਹੈ। ਔਰ ਕਹਿਣਾ ਪਵੇਗਾ ਭਾਵੇਂ ਲੱਖਾਂ ਰਹਿਬਰ ਪੈਗੰਬਰ ਅਵਤਾਰ ਦੁਨੀਆਂ ਤੇ ਆਏ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨਕਲ ਰਾਖੀ ਮੇਰੀ। ਭਾਈ ਗੁਰਦਾਸ ਨੇ ਹਿੰਨ ਬਿਨ ਲਿਖਿਆ, ਕਹਿੰਦੇ ਵੱਡਾ ਪੁਰਖ ਪ੍ਰਗਟਿਆ, ਆਮ ਸਾਡੇ ਵਰਗਾ ਨਹੀਂ, ਕਹਿੰਦੇ ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ, ਵੱਡਾ ਪੁਰਖ ਪ੍ਰਗਟ ਹੋਇਆ ਹੈ। ਗੁਰੂ ਨਾਨਕ ਨਿਰੰਕਾਰੀ ਵੱਡਿਓਂ ਵੱਡਾ ਹੈ। ਐਸੇ ਗੁਰੂ ਨਾਨਕ ਪਾਤਸ਼ਾਹ, ਹੁਣ ਉਹਨਾਂ ਦੇ ਨਾਮ ਵਿੱਚ ਇਹ ਵੱਡਾ ਪੁਰਖ ਕਿਉਂ ਕਿਹਾ ਭਾਈ ਗੁਰਦਾਸ ਨੇ? ਨੰਨੇ ਨੂੰ ਕੰਨਾ, ਨੰਨਾ ਤੇ ਪਿੱਛੇ ਰਹਿ ਗਿਆ ਕੱਕਾ, ਤੇ ਕੱਕੇ ਤੋਂ ਕਬੀਰ ਲਫ਼ਜ਼ ਵਰਤਿਆ ਹੈ। ਇੱਥੇ ਕਬੀਰ ਭਗਤ ਨਾਲ ਨਾ ਜੋੜਿਓ। ਕਬੀਰ ਦਾ ਮਤਲਬ ਹੁੰਦਾ ਬਹੁਤ ਵਿਸਥਾਰ, ਜਿਹਦਾ ਵੱਡਾ ਹੋਵੇ, ਜਿਹਦੇ ਵਿਸਥਾਰ ਦਾ ਘੇਰੇ ਦਾ ਅੰਤ ਨਾ ਪਵੇ। ਤੇ ਜਿਹੜਾ ਨਾਮ ਦਾ ਅਖੀਰਲਾ ਕੱਕਾ ਹੈ ਨਾ, ਵਾ ਅਲਫੇ ਮਿਆਨ ਅਹੱਦ, ਕੰਨੇ ਤੋਂ ਭਾਵ ਹੈ ਇੱਕ ਹੈ। ਤੇ ਜਿਹੜਾ ਨਾਮ ਦਾ ਆਖਰੀਨ ਕਬੀਰ, ਜਿਹੜਾ ਨਾਮ ਦਾ ਅਖੀਰਲਾ ਕੱਕਾ ਹੈ, ਵਾ ਕਾਫੇ, ਕਾਫ ਕਹਿੰਦੇ ਨੇ ਅਰਬੀ ਫਾਰਸੀ ਵਿੱਚ ਕੱਕੇ ਨੂੰ, ਗਾਫ ਗੱਗੇ ਨੂੰ ਕਹਿ ਦਿੰਦੇ ਨੇ, ਵਿਆਕਰਨ ਦੀਆਂ ਗੱਲਾਂ। ਖੈਰ, ਆਖਣ ਲੱਗੇ ਜਿਹੜਾ ਨਾਮ ਦੇ ਵਿੱਚ ਵਾਕਾਫੇ ਆਖਰੀਨ ਕਬੀਰ, ਨਾਮ ਵਿੱਚ ਅਖੀਰਲਾ ਕੱਕਾ ਹੈ, ਉਹਦਾ ਮਤਲਬ ਹੈ ਗੁਰੂ ਨਾਨਕ ਕਬੀਰ ਹੈ, ਭਾਵ ਕਿ ਗੁਰੂ ਨਾਨਕ ਨਾਲੋਂ ਵੱਡਾ ਦੁਨੀਆਂ ਤੇ ਨਾ ਕੋਈ ਹੋਇਆ ਹੈ, ਨਾ ਕੋਈ ਹੋਵੇਗਾ, ਕਿਉਂਕਿ ਉਹ ਆਪ ਪਰਮਾਤਮਾ ਦੁਨੀਆਂ ਤੇ ਆਇਆ ਸੀ। ਫਿਰ ਪੜ੍ਹਦੇ ਹੋ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨਕਲ ਰਾਖੀ ਮੇਰੀ, ਗੁਰੂ ਨਾਨਕ ਸਾਹਿਬ ਨੂੰ ਵੱਡਾ ਕੋਈ ਨਹੀਂ ਹੈ। ਐਸੇ ਗੁਰੂ ਨਾਨਕ ਨਿਰੰਕਾਰੀ ਦਾ ਆਗਾਜ਼ ਦੁਨੀਆਂ ਦੇ ਉੱਤੇ ਹੋਇਆ, ਔਰ ਬੜੀਆਂ ਰਹਿਮਤਾਂ ਦਾ ਮੀਂਹ ਵਰਸਾਇਆ। ਸਿੱਖ ਧਰਮ ਦਾ ਇੱਕ ਆਗਾਜ਼ ਉਹਨਾਂ ਨੇ ਕੀਤਾ। ਕਈ ਕਹਿ ਦਿੰਦੇ ਗੁਰੂ ਨਾਨਕ ਸਾਹਿਬ ਨੇ ਤੇ ਚੰਗੇ ਇਨਸਾਨ ਬਣਾਏ ਆ, ਸਿੱਖ ਧਰਮ ਤੇ ਇਹਨਾਂ ਆਪੇ ਹੀ ਚਲਾ ਲਿਆ। ਸ਼ਾਇਦ ਗੁਰੂ ਗ੍ਰੰਥ ਸਾਹਿਬ ਧਿਆਨ ਨਾਲ ਨਹੀਂ ਉਹਨਾਂ ਪੜ੍ਹਿਆ ਵੀ ਸਿੱਖ ਇੱਕ ਧਰਮ ਹੈ। ਉਹ ਕੀ ਹੈ? ਗੁਰ ਸਤਿਗੁਰ ਕਾਜੋ ਸਿੱਖ ਅਖਾਏ, ਸਾਰੀ ਡੈਫੀਨੇਸ਼ਨ ਪਈ ਹੈ। ਸਿੱਖ ਕੌਣ ਹੁੰਦਾ ਹੈ? ਸਤਿਗੁਰੂ ਕੌਣ ਹੈ ਸਾਡਾ? ਫਿਰ ਇੱਥੇ ਪੜ੍ਹਿਓ, ਸਤਿਗੁਰ ਨਾਨਕ ਹੈ ਸਭ ਤੇ ਵੱਡਾ, ਸਤਿਗੁਰ ਨਾਨਕ ਦੇ ਸਤਿਗੁਰ ਨੇ ਧਰਮ ਕੀ ਚਲਾਇਆ? ਗੁਰ ਸਤਿਗੁਰ ਕਾਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ। ਹੋਰ ਸਿੱਖ ਦੀ ਡੈਫੀਨੇਸ਼ਨ ਕੀ ਲੱਭਦਾ? ਇਹ ਤੈਅ ਹੈ। ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਵੀ ਸਿੱਖ ਹੈ, ਸਿੱਖ ਦਾ ਵਜੂਦ ਹੈ, ਇੱਕ ਮਹਾਨ ਧਰਮ ਹੈ, ਗੁਰੂ ਨਾਨਕ ਨਿਰੰਕਾਰੀ ਵੱਲੋਂ ਚਲਾਇਆ ਹੋਇਆ ਪੰਥ ਹੈ। ਆਪਣੇ ਤੋਂ ਬਾਅਦ ਜਾਣ ਲੱਗਿਆਂ ਐਲਾਨ ਕਰ ਦਿੱਤਾ, ਇਹ ਜਿਹੜੀ ਜੋਤ ਹੈ ਖੁਦਾ ਦੀ, ਕਾਰਜ ਲੰਬੇਰਾ ਹੈ। ਆਪਾਂ ਕਈ ਵਾਰ ਵੇਖਦੇ ਹਾਂ, ਇੱਕ ਬੰਦਾ ਇੱਕ ਘਰ ਵਿੱਚ ਰਹਿੰਦਾ ਹੈ, ਘਰ ਪੁਰਾਣਾ ਹੋ ਜਾਵੇ ਤੇ ਨਵਾਂ ਪਾ ਲੈਂਦਾ ਹੈ, ਘਰ ਬਦਲਦੇ ਜਾਂਦੇ ਨੇ, ਇਨਸਾਨ ਹੋਈ ਹੈ। ਰਾਜਾ ਦਰਬਾਰ ਵਿੱਚ ਆਉਂਦਾ ਹੈ, ਵਰਦੀ ਬਦਲ ਲੈਂਦਾ ਹੈ, ਮਹਿਲਾਂ ਵਿੱਚ ਜਾਂਦਾ ਹੈ, ਵਰਦੀ ਬਦਲ ਲੈਂਦਾ ਹੈ, ਰਾਜਾ ਨਹੀਂ ਬਦਲਿਆ। ਜੋਤ ਉਹਾ ਜੁਗਤ ਸਾਈ ਸਹਿਕਾਇਆ, ਫੇਰ ਪਲਟੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਅਖੀਰ ਸਿੱਖ ਜਗਤ ਦੀ ਵਾਗਡੋਰ ਦਿੱਤੀ, ਜੋਤ ਰੂਪ ਹਰਾਪ ਗੁਰੂ ਨਾਨਕ ਕਹਾਇਓ, ਤਾਂਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਆਪਣੇ ਤੋਂ ਬਾਅਦ ਮਹੱਲ ਬਦਲਿਆ। ਮਹੱਲਾ ਲਫ਼ਜ਼ ਕਿਉਂ ਹੈ ਗੁਰੂ ਗ੍ਰੰਥ ਸਾਹਿਬ ਵਿੱਚ? ਇਹ ਫਾਰਸੀ ਦਾ ਲਫ਼ਜ਼ ਹੈ, ਜਦੋਂ ਇਹਨੂੰ ਮਹਿਲਾ ਕਹਿ ਦਿੰਦੇ ਜੇ ਉਹਦਾ ਅਰਥ ਬਣ ਜਾਂਦਾ ਇਸਤਰੀ, ਉਹ ਹੈ ਸੰਸਕ੍ਰਿਤ ਦਾ ਲਫ਼ਜ਼। ਪਰ ਇੱਥੇ ਮਹੱਲਾ ਇਸ ਲਈ ਕਿਹਾ ਜਾਂਦਾ ਹੈ, ਮਹੱਲਾ ਅਰਬੀ ਫਾਰਸੀ ਵਿੱਚ ਕਹਿੰਦੇ ਨੇ ਮਹਿਲ ਨੂੰ, ਤੇ ਜਦੋਂ ਤੁਸੀਂ ਕਹਿੰਦੇ ਹੋ ਨਾ ਪੰਜਵਾਂ ਮਹੱਲਾ, ਮਹੱਲਾ ਪੰਜਵਾਂ, ਉਹਦਾ ਮਤਲਬ ਹੁੰਦਾ ਹੈ ਅਕਾਲ ਪੁਰਖ ਦੀ ਜੋਤ, ਜੋਤ ਉਹਾ ਜੁਗਤ ਸਾਈ ਸਹਿਕਾਇਆ, ਫੇਰ
ਪਲਟੀ ਹੈ, ਜੋਤ ਨੇ ਕਾਇਆ ਪਲਟੀ ਹੈ, ਰਹਿਣ ਵਸੇਬੇ ਦੀ ਜਗ੍ਹਾ ਬਦਲੀ ਹੈ, ਮਹੱਲ ਬਦਲਿਆ ਹੈ। ਹੋਰ ਪੰਜ ਛੇ ਸੱਤ ਇਸਤਰੀਆਂ ਨਹੀਂ ਨੇ ਰੱਬ ਦੀਆਂ ਵੀ ਮਹਿਲਾ ਕਹਿ ਦਿੰਦੇ ਹਾਂ ਅਸੀਂ। ਉਹ ਗਲਤੀ ਕਿਉਂ ਹੋ ਗਈ? ਕਿਉਂਕਿ ਪੜ੍ਹਨ ਵਾਲੇ ਨੇ ਇਹ ਪੜ੍ਹਿਆ ਹੀ ਨਾ ਵੀ ਇਹ ਲਫ਼ਜ਼ ਅਰਬੀ ਦਾ ਵਰਤਿਆ ਹੈ, ਫਾਰਸੀ ਦਾ ਹੈ। ਅਸੀਂ ਭੁਲੇਖੇ ਨਾਲ ਇਹਨੂੰ ਸੰਸਕ੍ਰਿਤ ਹਿੰਦੀ ਦਾ ਲਫ਼ਜ਼ ਸਮਝ ਕੇ ਮਹਿਲਾ ਕਹਿ ਦਿੱਤਾ। ਮਹਿਲਾ ਇਸਤਰੀ ਹੁੰਦੀ ਹੈ, ਔਰ ਗੁਰੂ ਨਾਨਕ ਆਪ ਖੁਦ ਖੁਦਾ ਹੈ। ਇਸ ਕਰਕੇ ਅਸੀਂ ਕਹਿੰਦੇ ਹਾਂ ਜੀ ਮਹੱਲਾ ਪਹਿਲਾ। ਇਹ ਅਕਾਲ ਪੁਰਖ ਦੀ ਜੋਤ ਜਿਹੜੇ ਮੁਜਸਮੇ ਵਿੱਚ ਬੈਠੀ ਹੈ, ਉਸ ਮਹੱਲੇ ਦਾ ਨਾਮ ਗੁਰੂ ਨਾਨਕ ਹੈ। ਫਿਰ ਆ ਗਿਆ ਜੀ ਮਹੱਲਾ ਦੂਜਾ, ਤਾਂ ਤੇ ਅੰਗਦ ਭਇਓ ਤਤ ਸਿਉਂ ਤਤ ਮਿਲਾਇਓ। ਗੁਰੂ ਨਾਨਕ ਸਾਹਿਬ ਨੇ ਚੋਲਾ ਪੁਰਾਣਾ ਹੋਇਆ ਜਾਣ ਕੇ ਗੁਰੂ ਅੰਗਦ ਸਾਹਿਬ ਵਿੱਚ ਜੋਤ ਪ੍ਰਵੇਸ਼ ਕਰਾਈ। ਸੀਨੇ ਬਸੀਨੇ ਅੱਜ ਇਹ ਜੋਤ ਕਿੱਥੇ ਬੈਠੀ ਹੈ? ਪੋਥੀ ਪਰਮੇਸ਼ਰ ਕਾ ਥਾਨ। ਅੱਜ ਗੁਰੂ ਨਾਨਕ ਨਿਰੰਕਾਰੀ ਨੂੰ ਸਿਜਦਾ ਕਰਨ ਦਾ ਮਤਲਬ ਹੈ ਗੁਰੂ ਗ੍ਰੰਥ ਸਾਹਿਬ ਨੂੰ ਸਿਜਦਾ ਕਰਨਾ। ਆਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲੱਗੀਏ। ਨਿਆਮਤਾਂ ਵੰਡਣ ਵਾਲੇ ਨਈਮ ਨਸੀਰ ਐਸੀਆਂ ਬਰਕਤਾਂ ਦੇ ਮਾਲਕ ਗੁਰੂ ਨਾਨਕ ਨਿਰੰਕਾਰੀ ਦੇ ਇਸ ਮਹਾਨ ਸਿੱਖ ਜਗਤ ਦਾ ਅੰਗ ਬਣੀਏ, ਖੰਡੇ ਦੀ ਪੌਲ ਛਕੀਏ, ਗੁਰੂ ਵਾਲੇ ਬਣੀਏ। ਸਾਡਾ ਜੋ ਇਹ ਜੀਵਨ ਹੈ ਦੀਨ ਦੁਨੀਆ ਦੇ ਮਾਲਕ ਸਫਲਾ ਕਰਨ। ਆਓ ਗੁਰੂ ਨਾਨਕ ਤੋਂ ਲਹਿਦਾ ਸਿੱਖ ਹੋਰ ਕਿਧਰੇ ਸਿਜਦਾ ਨਹੀਂ ਕਰਦਾ, ਸਿਰ ਨਹੀਂ ਝੁਕਾਉਂਦਾ। ਐਸੇ ਮਹਾਨ ਗੁਰੂ ਨਾਨਕ ਸਾਹਿਬ ਦੀਨ ਦੁਨੀਆ ਦੇ ਮਾਲਕ, ਜਿਨ੍ਹਾਂ ਦੀ ਬਾਬਤ ਬਾਣੀ ਦੇ ਹਰ ਇੱਕ ਅੰਗ 'ਤੇ ਬੜੀ ਅਗੰਮੀ ਵਡਿਆਈ ਪਈ ਹੈ, ਉਸ ਗੁਰੂ ਨਾਨਕ ਦਾ ਅੰਤ ਨਹੀਂ ਆ ਸਕਦਾ। ਕਈ ਕਥਾਕਾਰ, ਕਈ ਵਿਦਵਾਨ, ਕਈ ਰਾਗੀ ਢਾਡੀ ਇੱਥੇ ਗੁਰੂ ਨਾਨਕ ਦੇ ਗੁਣ ਗਾਉਣਗੇ। ਵਿਚਾਰ ਮੁੱਕ ਸਕਦੇ ਨੇ, ਅਲਫਾਜ਼ ਮੁੱਕ ਸਕਦੇ ਨੇ, ਬੜੇ ਬੜੇ ਕਵੀਆਂ ਦੀ ਕਲਮ ਟੁੱਟ ਸਕਦੀ ਹੈ, ਸ਼ਾਹੀ ਮੁੱਕ ਸਕਦੀ ਹੈ, ਪਰ ਗੁਰੂ ਨਾਨਕ ਨਿਰੰਕਾਰੀ ਦੇ ਗੁਣਾਂ ਦਾ ਅੰਤ ਨਹੀਂ ਆ ਸਕਦਾ। ਐਸੇ ਗੁਰੂ ਨਾਨਕ ਸਾਹਿਬ ਦੇ ਆਗਾਜ਼ ਨੂੰ, ਪ੍ਰਕਾਸ਼ ਨੂੰ ਆਪ ਸਰਬੱਤ ਸੰਗਤਾਂ ਦੇ ਸਹਿਯੋਗ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਮਨਾ ਰਹੀ ਹੈ। ਸਭਨਾ ਪ੍ਰਬੰਧਕਾਂ ਦਾ ਧੰਨਵਾਦ, ਆਪ ਸੰਗਤਾਂ ਦਾ ਧੰਨਵਾਦ, ਦੀਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਕੋਟਾਨ ਕੋਟ ਧੰਨਵਾਦ। ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਦੀ ਸਮੁੱਚੀਆਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੈ ਜੀ। ਗੱਜ ਵੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।